ਜੇ ਪਾਸੇ ਆਪ ਪਾਰਟੀ ਤੇ ਕਾਂਗਰਸ ਨੂੰ ਅਕਾਲੀ ਦਲ ਦੀ ਇਹ ਜਿੱਤ ਕੁਝ ਰਾਸ ਨਹੀਂ ਆ ਰਹੀ ਇਸੇ ਲਈ ਕਾਂਗਰਸ ਨੇ ਅਕਾਲੀ ਦਲ ਦੀ ਜਿੱਤ ਦੇ ਉੱਤੇ ਨਿਸ਼ਾਨਾ ਕੁਝ ਇਸ ਤਰ੍ਹਾਂ ਸਾਧਿਆ ਸਰਕਾਰੀ ਤੰਤਰ ਮੰਤਰ ਦੇ ਬਲਬੂਤੇ ਦੇ ਉੱਤੇ ਚੋਣ ਜਿੱਤੀ ਆ ਇੱਕ ਚੋਣ ਨਹੀਂ ਸੀ ਇਹ ਤਾਂ ਇੱਕ ਲੋਕਤੰਤਰ ਦਾ ਘਾਣ ਕਿਹਾ ਜਾ ਸਕਦਾ ਹੈ ਨਸ਼ੇ ਦੇ ਜ਼ੋਰ ਤੇ ਸ਼ਰਾਬਾਂ ਦੇ ਜ਼ੋਰ ਤੇ ਚੋਣਾਂ ਲੜਨਾ ਇਹ ਲੋਕਤੰਤਰ ਦਾ ਘਾਣ ਹੈ ਔਰ ਜਿਹੜੀ ਚੋਣ ਇਹਨਾਂ ਨੇ ਜਿੱਤੀ ਹੈ ਆਪਦਾ ਪੂਰਾ ਜੋ ਸਰਕਾਰ ਦਾ ਤੰਤਰ ਕਿਉਂਕਿ ਸਾਡੀ ਪਾਰਟੀ ਅਸੀਂ ਬਾਈਕਾਟ ਕਰਕੇ ਸੀ ਮਹਾਰਾ ਸਾਹਿਬ ਕੈਪਟਨ ਅਮਰਿੰਦਰ ਸਿੰਘ ਦੇ ਪੂਰੀ ਪਾਰਟੀ ਦੀ ਸੋਚ ਦੇ ਮੁਤਾਬਕ ਕਿਉਂਕਿ ਸਾਡਾ ਜਿਹੜਾ ਕੈਂਡੀਡੇਟ ਸਿੱਕੀ ਸੀ ਉਹਦੀ ਇੱਕੋ ਸੋਚ ਸੀ ਕਿ ਕਿਵੇਂ ਉਹ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਬੰਦੇ ਫੜੇ ਜਾਣ ਅਤੇ ਉਹਨਾਂ ਦੇ ਕਾਰਵਾਈ ਕਰ ਸਕੇ ਅਤੇ ਉਹਦੀ ਇੱਕੋ ਸੋਚ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਚੋਣ ਲੜੂ 2017 ਦੇ ਵਿੱਚ ਅਤੇ ਜਿੱਤ ਕੇ ਕਾਰਵਾਈ ਦੀ ਪੂਰੀ ਪਾਰਟੀ ਜਿੰਨੇ ਵੀ ਬੰਦਿਆਂ ਨੇ ਇਹ ਬੇਅਦਬੀ ਕੀਤੀ ਆ ਉਹਦੀ ਉਹਨਾਂ ਬਾਰੇ ਪੂਰਾ ਭੁੱਖ ਪੜਤਾਲ ਕਰਨ ਦੇ ਯਤਨ ਕਰੂਗੀ ਸਾਡੀ ਪਾਰਟੀ।